ਤਾਂ ਕਿਵੇਂ ਬਾਈ ਸਾਰੇ? ਅੱਜ ਆਪਣਾ 13ਵਾਂ ਵਲੌਗ, ਹੋਪ ਆ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਮੈਂ ਹੁਣੀ ਹੁਣੀ ਸੌ ਕੇ ਉੱਠਿਆ, ਤੁਹਾਨੂੰ ਪਤਾ ਹੀ ਹੈ ਜੀ ਮੈਂ ਰਾਤ ਮੈਂ ਦਾਦੀ ਦੇ ਘਰ ਪਿਆ ਸੀ। ਅਤੇ ਆਹ ਦੇਖ ਸਕਦੇ ਹੋ ਬਾਈ ਕਿੰਨਾ ਸੋਹਣਾ ਮੌਸਮ ਹੋਇਆ ਪਿਆ, ਠੰਡੀ ਠੰਡੀ ਹਵਾ। ਅਤੇ ਇੱਥੇ ਆਪਾਂ ਟਾਈਮ ਲੈਪਸ ਬਣਾਉਂਦੇ ਹਾਂ, ਅਤੇ ਦੇਖੋ ਟਾਈਮ ਲੈਪਸ। ਤੁਸੀਂ ਹੁਣੀ ਹੁਣ ਟਾਈਮ ਲੈਪਸ ਦੇਖਿਆ, ਅਤੇ ਵੀ ਮੌਸਮ ਬਹੁਤ ਵਧੀਆ ਹੋ ਰਿਹਾ, ਇਸ ਲਈ ਮੈਂ ਕੋਠੇ 'ਤੇ ਬੈਠਾ ਹੈਗਾ। ਅਤੇ ਆਹ ਦੇਖੋ ਬਾਈ, ਹੁਣ ਆਪਾਂ ਘਰ ਆ ਚੁੱਕੇ, ਅਤੇ ਹੁਣ ਚੱਲਦੇ ਆਪਾਂ ਦੁੱਧ ਲੈਣ, ਅਤੇ ਦੁੱਧ ਲੈ ਕੇ ਸਾਨੂੰ ਮਿਲਦੇ ਜੀ। ਅਤੇ ਚੱਲਦੇ ਹਾਂ ਬਾਈ ਦੁੱਧ ਲੈਣ, ਦੁੱਧ ਲੈ ਕੇ ਆ ਕੇ ਸਾਨੂੰ ਮਿਲਦੇ। ਅਤੇ ਅੱਜ ਖਾਂਦੇ ਹਾਂ ਬਾਈ ਰੋਟੀ ਅਤੇ ਨਾਲ ਚੌਲ ਖਾਵਾਂਗੇ। ਅਤੇ ਬਾਈ ਰੋਟੀ ਵੀ ਖਾ ਲਈ ਹੋਈ ਆ, ਅਤੇ ਹੁਣ ਆਪਾਂ ਚੱਲਦੇ ਹਾਂ ਕੋਕੋ ਕੋਲ ਖੇਡਣ। ਅਤੇ ਕੋਕੋ ਕੋਲੋਂ ਖੇਡ ਕੇ ਆਪਾਂ, ਅਤੇ ਅੱਜ ਇੱਕ ਨਵੀਂ ਚੀਜ਼ ਵੀ ਤੁਹਾਨੂੰ ਉਹ ਵੀ ਦੱਸਾਂਗੇ, ਤੁਸੀਂ ਉਹ 'ਚ ਪਾਰਟੀਸਪੇਟ ਕਰ ਸਕਦੇ ਹੋ, ਤੁਹਾਨੂੰ ਦੱਸਦੇ ਹਾਂ ਜੀ। ਅਤੇ ਬਈ ਆਪਾਂ ਕੋਕੋ ਕੋਲ ਆ ਚੁੱਕੇ ਹਾਂ, ਦੇਖੋ ਕਿੰਨੀ ਕਿਊਟ ਲੱਗ ਰਹੀ ਹੈ ਬਈ, ਬਹੁਤ ਜ਼ਿਆਦਾ ਕਿਊਟ ਲੱਗ ਰਹੀ ਹੈ। ਚਲੋ ਇਹਦੇ ਕੋਲ ਚੱਲਦੇ ਹਾਂ ਆਪਾਂ। ਕੋਕੋ ਦੇਖੋ ਬਈ, ਜਮਾਂ ਨਹੀਂ ਕੁਛ ਕਹਿ ਰਹੇ। ਅਤੇ ਬਈ ਆਪਾਂ ਕੋਕੋ ਨੂੰ ਪਿੰਜਰੇ 'ਚੋਂ ਬਾਹਰ ਕੱਢ ਲਿਆ, ਅਤੇ ਦੇਖੋ ਬਈ ਕਿੰਨੀ ਸੋਹਣੀ ਲੱਗ ਰਹੀ, ਕਿਊਟੀ 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 ਆ ਬਈ, ਇਹ ਤਾਂ ਬਸ ਬਹੁਤ ਜ਼ੋਰਾ ਸੋਹਣੀ ਲੱਗ ਰਹੀ ਹੈ, ਦੇਖੋ ਤੁਸੀਂ ਆਪ ਹੀ ਦੇਖ। ਅਤੇ ਬਈ ਨਹਾ ਕੇ ਆ ਚੁੱਕੇ ਹਾਂ, ਤੁਹਾਨੂੰ ਪਤਾ ਜਿਵੇਂ, ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ, ਫਿਰ ਹੁਣ ਨਹਾ ਕੇ ਤਾਂ ਆ ਗਏ, ਹੁਣ ਮਿਲਦੇ ਹਾਂ। ਤਾਂ ਬਈ ਈਵੈਂਟ ਵਿੱਚ ਪਾਰਟੀਸਪੇਟ ਕਰਨ ਲਈ ਤੁਹਾਨੂੰ ਕੀ ਕਰਨਾ ਪਊਗਾ, ਤੁਹਾਨੂੰ ਤੁਸੀਂ ਕਰਨਾ ਇੱਕ ਕਮੈਂਟ, ਅਤੇ ਰੋਜ਼ ਮੈਂ ਇੱਕ ਪਰਟੀਕੁਲਰ ਜਾਣੇ ਦਾ ਕਮੈਂਟ ਸਿਲੈਕਟ ਕਰਿਆ ਕਰੂੰਗਾ। ਅਤੇ ਇੱਦਾਂ ਆਹ ਦੇਖੋ, ਜਿਵੇਂ ਇਹਨਾਂ ਨੇ ਕੀਤਾ ਸੀ ਕੱਲ੍ਹ ਰਜਿਤ ਪਤਾ ਨਹੀਂ ਸਿਧਾਰਥਾ ਬਾਅਦ 'ਚੋਂ, ਅਤੇ ਇਹਨਾਂ ਨੇ ਕਮੈਂਟ ਕੀਤਾ ਸੀ, ਅਤੇ ਇਹਨਾਂ ਦਾ ਸ਼ੋਅ ਹੋ ਰਿਹਾ ਜਿਵੇਂ, ਅਤੇ ਨੈਕਸਟ ਕਲਿੱਪ ਵਿੱਚ ਵੀ ਸ਼ੋਅ ਹੋਊਗਾ ਤੁਹਾਨੂੰ ਥੋੜ੍ਹੇ ਟਾਈਮ ਲਈ। ਅਤੇ ਥੰਬਨੇਲ 'ਤੇ ਵੀ ਇਹਨਾਂ ਦੀ ਪਿਕਚਰ, ਉਹ ਪਿਕਚਰ ਕਈ ਇਹਨਾਂ ਸਕਰੀਨਸ਼ੋਟ ਲੈ ਕੇ ਇਹਨਾਂ ਦੇ ਕਮੈਂਟ ਤਾਂ ਲਾਇਆ ਜਾਊਗਾ, ਅਤੇ ਤੁਸੀਂ ਵੀ ਇਸ ਚੀਜ਼ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਥੈਂਕ ਯੂ। ਕਹਿ ਦੇਖੋ ਵੀ ਇਸ ਬਾਈ ਦਾ ਕਮੈਂਟ ਹਾਲੇ ਵੀ ਉੱਪਰ ਚੱਲ ਰਿਹਾ, ਰਜਤ ਵਾਰੀਆ 7598 ਆ। ਹਾਂ ਬਾਈ, ਅਤੇ ਇਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਬਾਈ ਕਮੈਂਟ ਕਰਨ ਲਈ ਤੁਹਾਨੂੰ, ਅਤੇ ਅੱਗੇ ਤੋਂ ਵੀ ਕਮੈਂਟ ਕਰਨ ਦੀ ਕੋਸ਼ਿਸ਼ ਕਰਨਾ, ਨੈਕਸਟ ਟਾਈਮ ਵੀ ਤੁਹਾਡਾ ਸਿਲੈਕਟ ਹੋ ਸਕਦਾ। ਥੈਂਕ ਯੂ। ਆਖੋ ਵੀ ਕੌਣ ਆਈ ਹੈ, ਕੀ ਹੈ ਤੇਰਾ ਨਾਮ? ਜੈ ਹਿੰਦ ਨੀ ਜੈਸਮੀਨ? ਅਤੇ ਬਾਈ ਮੰਮਾ ਅਤੇ ਪਾਪਾ ਗਏ ਪਏ ਨੇ ਨਿਹਾਲ ਸਿੰਘ ਵਾਲੇ, ਅਤੇ ਜ਼ਰੂਰ ਆ ਕੇ ਤੁਹਾਨੂੰ ਫਿਰ ਮਿਲਦੇ ਹਾਂ। ਅਤੇ ਬਾਈ ਮੰਮੀ ਪਾਪਾ ਆਉਣ ਵਾਲੇ ਹੀ ਆ ਥੋੜ੍ਹੇ ਟਾਈਮ ਵਿੱਚ, ਦੇਖ ਸਕਦੇ ਹੋ ਕਦੋਂ ਗਏ ਸੀ, ਅਤੇ ਹਨੇਰਾ ਦੇਖ ਲਓ ਕਿੰਨਾ ਹੋ ਚੁੱਕਿਆ, ਹਾਲੇ ਤੱਕ ਨਹੀਂ ਆਇਆ। ਆਪਾਂ ਫੋਨ ਲਾ ਕੇ ਪੁੱਛਦੇ ਹਾਂ, ਪੁੱਛੀਏ। ਵਲੌਗ ਤੁਹਾਨੂੰ ਕਿਵੇਂ ਲੱਗੇ ਕਮੈਂਟਾਂ ਜ਼ਰੂਰ ਦੱਸਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਫੋਰ ਵਲੌਗ।